ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਅਸੀਂ ਤੁਹਾਡੇ ਆਪਦੇ YouTube ਚੈਨਲ BB Naty Dairy Farming ਦੇ ਉੱਪਰ ਸਭ ਤੋਂ ਪਹਿਲਾਂ ਜਿੰਨੇ ਵੀਰ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਨੇ ਨਵੇਂ ਆਏ ਨੇ ਚੈਨਲ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਸਬਸਕ੍ਰਾਈਬ ਆ ਜਿਹੜਾ ਚੈਨਲ ਜ਼ਰੂਰ ਕਰਕੇ ਜਾਇਓ ਲਾਲ ਰੰਗ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਆ ਉਹ ਤੁਹਾਨੂੰ ਥੱਲੇ ਸ਼ੋਅ ਹੁੰਦਾ ਪਿਆ ਹੋ ਉਹਨੂੰ ਕਲਿੱਕ ਕਰਕੇ ਉਹਨੂੰ ਨੱਪ ਕੇ ਕਲਿੱਕ ਕਰਕੇ ਆਲ ਤੇ ਸੈੱਟ ਜ਼ਰੂਰ ਕਰਿਓ ਤਾਂ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਲੱਗ ਜਾਵੇ ਤੇ ਅੱਜ ਦਾ ਜਿਹੜੀ ਟੌਪਿਕ ਹੈਗਾ ਜੀ ਬਾਈਆਂ ਦੇ ਕਮੈਂਟ ਆਏ ਸੀਗੇ ਕੁਝ ਤਾਂ ਪਹਿਲਾਂ ਵੀ ਆਏ ਹੋਏ ਸੀ ਤੇ ਕੁਝ ਨਵੇਂ ਜਿਹੜੇ ਕਮੈਂਟ ਦੇ ਵਿੱਚ ਦੁਬਾਰਾ ਇਹ ਸਵਾਲ ਪੁੱਛੇ ਗਏ ਕਿ ਜਿਹੜਾ ਕਾਫ ਆ ਪਣਾ ਉਹ ਬੱਚਾ ਹੈ ਚਾਹ ਬੱਚੀ ਆ ਮੁਰਾਦਾ ਹੋ ਗਿਆ ਨੀਲੀ ਰਾਵੀ ਦਾ ਹੋ ਗਿਆ ਐਚ ਐਫ ਦਾ ਹੋ ਗਿਆ ਜਾਂ ਕਿਸੇ ਵੀ ਕੋਈ ਵੀ ਬਰੀਡ ਦਾ ਲੈ ਲਓ ਕਿ ਬੱਚਾ ਤਿਆਰ ਕਿਦਾਂ ਕੀਤਾ ਜਾਵੇ ਕੀ ਪ੍ਰੋਸੀਜਰ ਹੋਣਾ ਚਾਹੀਦਾ ਵਾ ਕਿਦਾਂ ਬੱਚਾ ਸਹੀ ਰਹੂਗਾ ਬਾਈ ਜੀ ਇੱਕ ਛੋਟੀ ਛੋਟੀ ਚੀਜ਼ ਵੀ ਜਿਹੜੀ ਹਰ ਇਸ ਚੀਜ਼ ਲਈ ਮੈਟਰ ਕਰਦੀ ਆ ਇੱਕ ਕੱਲੀ ਕੱਲੀ ਚੀਜ਼ ਲਾਰਜ ਸੀਮੈਂਟ ਤੋਂ ਲੈ ਕੇ ਮਾਂ ਤੋਂ ਲੈ ਕੇ ਛੋਡਾ ਖਾਣ ਪਾਣ ਤੇ ਤੁਹਾਡਾ ਜਿਹੜਾ ਉਹਨੂੰ ਰੱਖਣ ਦਾ ਤਰੀਕਾ ਇਹ ਸਾਰਾ ਕੁਝ ਏ ਟੂ ਜ਼ेड ਬੱਚੇ ਦੇ ਉੱਪਰ ਡਿਪੈਂਡ ਕਰ ਜਾਂਦਾ ਉਹਦੀ ਗਰੋਥ ਦੇ ਉੱਪਰ ਉਹਦੇ ਦੁੱਧ ਦੇ ਉੱਪਰ ਉਹਦੇ ਸੂਏ ਦੇ ਉੱਪਰ ਤੱਕ ਵੀ ਜਾ ਕੇ ਸਭ ਤੋਂ ਪਹਿਲਾਂ ਬਾਈ ਜੀ ਮੇਨ ਗੱਲ ਕਰਦੇ ਆ ਟੀਕੇ ਦੀ ਪਲਾਂ ਤੁਸੀਂ 모ਹਰਾ ਲੈ ਰਹੇ ਹੋ ਪਲਾਂ ਤੁਸੀਂ ਨੀਲੀ ਰਾ ਵੀ ਲੈ ਰਹੇ ਹੋ ਜਿਵੇਂ ਹੁਣ ਆ ਬੱਚਾ ਜਿਹੜਾ ਤੁਸੀਂ ਵੇਖ ਰਹੇ ਹੋ ਇਹ ਸਾਡੇ ਘਰੇ ਆਇਆ ਜੀ ਅਲਬਖਸ਼ ਦਾ ਬੱਚਾ ਇਹ ਕ੍ਰਾਸ ਬਰੀਡ ਤੋਂ ਹੋਇਆ ਵਾ 모ਹਰਾ ਤਾਂ ਉਹ 모ਹਰਾ ਨਹੀਂ ਹੁੰਦੀ ਕੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸ ਦੇਣਾ ਚਾਹਣਾ ਜਿੰਨੀਆਂ ਪ੍ਰਾਣੀਆਂ ਮਈਆਂ ਜਿਹੜੀਆਂ ਵੱਡੀਆਂ ਹੁੰਦੀਆਂ ਵੱਡੇ ਸਿੰਘਾਂ ਵਾਲੀਆਂ ਉਹ ਮੂਰਾ ਚ ਨਹੀਂ ਉਹ ਰਾਵੀ ਨਸਲ ਚਾਹੁੰਦੀਆਂ ਕਾਫੀ ਵੀਰ ਕਹਿੰਦੇ ਆ ਮੂਰਾ ਮੂਰਾ ਬਾਈ ਮੂਰਾ ਕਦੇ ਵੀ ਹੋਊਗੀ ਛੋਟੇ ਸਿੰਘ ਵਾਲੀ ਹੋਊਗੀ ਛੋਟੇ ਸਿੰਘ ਵਾਲੀ ਹਮੇਸ਼ਾ ਮੂਰਾ ਹੁੰਦੀ ਆ ਬਲੈਕ ਜੈਡ ਬਲੈਕ ਕਲਰ ਦੇ ਵਿੱਚ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਬਾਈ ਜੀ ਮੇਨ ਪਹਿਲਾਂ ਤੁਹਾਡੇ ਕੋਲ 10 ਕਿਲੋ ਵਾਲੀ ਮੱਝਾ ਤੁਹਾਡੇ ਕੋਲੇ 20 ਕਿਲੋ ਵਾਲੀ ਮੱਝਾ ਮੇਨ ਜਿਹੜਾ ਚੀਜ਼ ਡਿਪੈਂਡ ਕਰਦੀ ਉਹ ਹੁੰਦਾ ਸੀਮਨ ਤੁਸੀਂ ਚੰਗਾ ਸੀਮਨ ਵਰਤੋਗੇ ਤੁਹਾਡੇ ਕੋਲ ਚੰਗਾ ਬੱਚਾ ਚੰਗੀ ਗ੍ਰੋਥ ਵਾਲਾ ਬੱਚਾ ਜਿਹੜਾ ਆਊਗਾ ਕਈ ਕੀ ਵਾਰ ਸੀਮਣ ਆਪਾਂ ਇਹੋ ਜਿਹਾ ਰਖਾ ਲੈਣੇ ਆ ਜਿਹਦੀ ਗਰੋਥ ਬੱਚੇ ਦੀ ਥੋੜੀ ਹੁੰਦੀ ਹੈ ਇੱਥੇ ਤਾਂ ਕਿ ਅਸੀਂ ਆਪ ਰਖਾਇਆਵੇਂ ਕਹਿ ਦਈਏ ਕਿਉਂਕਿ ਪਹਿਲੇ ਸੂਏ ਜੋ ਵੀ ਕੋਈ ਛੋਟੀ ਹੁੰਦੀ ਆ ਜਿਉਂਦੇ ਉਹ ਜਾਂ ਸੀਮਣ ਤੇ ਰਹਿ ਜਾਵੇ ਨਹੀਂ ਜਾਂ ਤਾਂ ਉਹਦਾ ਫਿਰ ਬੋਡੀ ਸਟਰਕਚਰ ਜਿਹੜਾ ਥੋੜਾ ਵੱਡਾ ਹੋਣ ਦੇਣਾ ਚਾਹੀਦਾ ਵਾ ਤੇ ਬੋਡੀ ਸਟਰਕਚਰ ਜੇ ਛੋਟਾ ਥੋੜਾ ਜਿਹਾ ਛੋਟਾ ਵਾ ਤੇ ਉਹਦੇ ਬੱਚਾ ਯਾਨੀ ਕਿ ਛੋਟਾ ਜਿਹੜਾ ਘੱਟ weight ਵਾਲਾ ਘੱਟ ਲੰਬਾਈ ਵਾਲਾ ਉਹ ਅਜੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਕਿਉਂ ਉਹਨਾਂ ਕੀ ਆ ਕਿ ਮਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਮੱਝ ਜਾਂ ਝ ਦਿੱਕਤ ਨਹੀਂ ਹੁੰਦੀ ਕੋਈ ਸੂਨ ਦੇ ਵਿੱਚ ਬੱਚਾ ਸਹੀ ਆਉਂਦਾ ਵਾ ਤੇ ਉਹ ਚੀਜ਼ ਜਿਹੜੀ ਇੱਕ ਸਭ ਤੋਂ ਵੱਡੀ ਜਿਹੜੀ ਮੈਟਰ ਕਰਦੀ ਹੈ ਸੋਡਾ ਸੀਮਨ ਸੋਡਾ ਸੀਮਨ ਸਭ ਤੋਂ ਵੱਡਾ ਜਿਹੜਾ ਮੈਟਰ ਕਰਦਾ ਇਹ ਚੀਜ਼ ਦੇ ਵਿੱਚ ਤੇ ਇੱਕ ਜਦੋਂ ਬੱਚਾ ਆ ਗਿਆ ਆਪਣੇ ਘਰੇ ਡਿਲੀਵਰ ਹੋ ਗਿਆ ਮਾਂ ਤੋਂ ਉਦੋਂ ਤੋਂ ਹੀ ਜਿਹੜੀ ਉਹਦੀ ਕੇਅਰ ਕਰਨੀ ਸ਼ੁਰੂ ਕਰਨੀ ਪੈਂਦੀ ਹੈ ਇਹ ਨਹੀਂ ਕਿ ਜਦੋਂ ਸੂਪ ਹੀ ਮੱਝ ਤੇ ਆਪਾਂ ਕਟੋ ਘਾਟ 10 ਮਹੀਨਿਆਂ ਦਾ ਜੋ ਬੱਚਾ ਹੋ ਗਿਆ ਉਹ ਤੋਂ ਜਾ ਕੇ ਫੇਸਬੁੱਕਾਂ ਤੇ ਜਾਂ ਫਿਰ WhatsApp ਤੇ ਜਾਂ ਫਿਰ ਚੈਨਲ ਦੇ ਥੱਲੇ ਕਮੈਂਟ ਕਰਨ ਲੱਗ ਗਏ ਨੇ ਬਾਈ ਜੀ ਕੀ ਕਰੀਏ ਸਾਡੀ ਕੱਟੀ ਦੀ ਜਾਂ ਝੂਟੀ ਦੀ ਜੋ ਵੀ ਕਹੋ ਵੀ ਗਰੋਥ ਨਹੀਂ ਹੋ ਰਹੀਗੀ ਮੇਰੇ ਕੋ ਇੱਕ ਫੋਟੋ ਨਹੀਂ ਖਿੱਚੀ ਕਿ 13 ਮਹੀਨਿਆਂ ਦੀ ਯਾਨਕੀ ਸੀਗੀ ਕੱਟੀ ਉਹ ਸਿੰਘਾਂ ਤੋਂ ਯਾਨਕੀ ਸਭ ਤੋਂ ਵੱਡੀ ਪਰਖ ਹੋ ਜਾਂਦੀ ਆ ਸਿੰਘਾਂ ਤੋਂ 13 ਮਹੀਨਿਆਂ ਦੀ ਕੱਟੀ ਦਾ ਗਰੋਥ ਦਾ ਜਿਹੜਾ ਸਟੈਂਡਰਡ ਸੀ ਉਹ ਘੱਟੋ ਘੱਟ 2 3 ਸਾਲ ਦੀ ਇੱਕ ਝੋਟੀ ਦਾ ਜਿਹੜਾ ਆਪਾਂ ਕਹਿ ਸਕਦੇ ਆ ਵੀ ਉਹ ਉਦਾਂ ਦਾ ਹੋਇਆ ਪਿਆ ਸੀ ਕਾਫੀ ਵੀਰਾਂ ਨੇ ਹੋ ਸਕਦਾ ਵੇਖੀ ਵੀ ਹੋਵੇ ਤੇ ਮੈਂ ਕੋਈ ਜੇ ਆਈ ਤਾਂ ਮੈਂ ਕਿਸੇ ਹੋਰ ਜੋ ਵੀਡੀਓ ਬਣਾਈ ਤਾਂ ਮੈਂ ਦੁਬਾਰਾ ਉਹ ਉਹ ਪਿਕ ਵੀ ਜਿਹੜੀ ਤੁਹਾਨੂੰ ਸ਼ੇਅਰ ਜਰੂਰ ਕਰੂੰਗਾ ਤੇ ਜਦੋਂ ਜਾਨਕੀ ਬੱਚਾ ਡਿਲੀਵਰ ਹੋ ਗਿਆ ਬਾਈ ਸਭ ਤੋਂ ਪਹਿਲਾਂ ਜਿਹੜਾ ਲੂਹਾ ਦੁੱਧ ਹੋ ਜਾਂਦਾ ਵਾ ਜਿਹੜਾ ਵੀ ਮਾਂ ਦੇ ਥੱਲੇ ਹੁੰਦਾ ਵਾ ਘੱਟੋ ਘੱਟ ਬਾਈ ਮੈਂ ਉਹਨੂੰ ਕਹਿੰਦਾ ਵੀ ਰਾਜਮਾ ਚੰਗਾਇਆ ਕਰੋ 10-15 ਦਿਨਾਂ ਤੱਕ ਅੱਜ ਮਾ ਝਗਾਉਣਾ ਚਲੋ ਜਿੰਨ ਤੱਕ ਲੂਹਾ ਜਿੰਨ ਤੱਕ ਆਪਾਂ ਡੇਰੀ ਨਹੀਂ ਪਾ ਸਕਦੇਗੇ ਉਹਨਾਂ ਚਾਰ ਲੂਹਾ ਉਸ ਤੋਂ ਬਾਅਦ ਚ ਹੌਲੀ ਹੌਲੀ ਤਿੰਨ ਥਣ ਠੀਕ ਹੈ ਜੀ ਘੱਟੋ ਘੱਟ ਤਿੰਨ ਥਣ ਉਸ ਤੋਂ ਬਾਅਦ ਜੋ ਚਾਰ ਪੰਜ ਰਣ ਹੋਰ ਲੰਘਗੇ ਉਦੋਂ ਦੋ ਥਣ ਕੇ ਕਰਕੇ ਉਹਨੂੰ ਹਰੇ ਰੱਖਣ ਲੱਗ ਜਾਓ ਪਹਿਲਾਂ ਹਰੇ ਸੁੱਕਾ ਨਹੀਂ ਜਾਂ ਦਾਣਾ ਜਾਂ ਹਰੇ ਤੇ ਜਦੋਂ ਇਹ ਜ਼ਰੂਰ ਰਿਪੀਟ ਹੋਈ ਗਿਆ ਹੋਈ ਗਿਆ ਦੋ ਮਹੀਨੇ ਦਾ ਜਦੋਂ ਬੱਚਾ ਹੋ ਗਿਆ ਉਦੋਂ ਕਿਤੇ ਜਾ ਕੇ ਜਿਹੜਾ ਤੁਸੀਂ ਉਹਨੂੰ ਪੂਰਾ ਹਰਾ ਚਾਲੂ ਕਰੋ ਹਰੇ ਤੋਂ ਪਹਿਲਾਂ ਦਾਣਾ ਮੈਟਰ ਕਰ ਦਿੰਦਾ ਵਾ ਠੀਕ ਹੈ ਜੀ ਦਾਣੇ ਦੇ ਤੌਰ ਦੇ ਵਿੱਚ ਮੈਂ ਸਭ ਤੋਂ ਬੈਸਟ ਜਿਹੜਾ ਸੁਝਾਅ ਦਊਂਗਾ ਸਿਆਲਾਂ ਦਾ ਮਟੀਰੀਅਲ ਆ ਜਿਹੜਾ ਉਹ ਹੈਗਾ ਜੀ ਵੜੇਮਿਆਂ ਦੀ ਖਲ ਜੇ ਤੁਹਾਡਾ ਬੱਚਾ ਸਿਆਲਾਂ ਦੇ ਵਿੱਚ ਲਿਵਰ ਹੋਇਆ ਤਾਂ ਬਹੁਤ ਸੋਨੂੰ ਵਧੀਆ ਰਹੂ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਕੋਈ ਵੀ ਉਹ ਜਿਹਾ ਮਟੀਰੀਅਲ ਛੇਤੀ ਨਹੀਂ ਪਾ ਸਕਦੇ ਜਿੰਨਾ ਬੱਚੇ ਦੀ ਗਰੋਥ ਹੋਵੇ ਸਿਆਲਾਂ ਦੇ ਵਿੱਚ ਆਪਾਂ ਹਰ ਕੋਈ ਮਟੀਰੀਅਲ ਉਹ ਜਿਹਾ ਪਾ ਸਕਦੇ ਹਾਂ ਸਿਆਲਾਂ ਦੇ ਵਿੱਚ ਵੜੇਮਿਆਂ ਦੀ ਖਲ ਜਾਨੀ ਕਿ ਭਿਉਂ ਕੇ ਉਹਦੇ ਕੋ ਰੱਖ ਦੋ ਜਿੰਨਾ ਕ ਖਾਧੀ ਗਈ ਉਹ ਤੋਂ ਖਾ ਲਵੇ ਕਟੋ-ਕਟ ਮੈਂ ਅੰਦਾਜ਼ਾ ਦਿੰਦਾ ਦੋ ਕਟੀਆਂ ਜਾਂ ਦੋ ਕਟਿਆਂ ਦੇ ਉੱਪਰ ਤੁਸੀਂ ਤਜਰਬਾ ਕਰਕੇ ਵੇਖ ਲਿਓ ਇੱਕ ਨੂੰ ਪਾਇਓ ਨਾ ਇੱਕ ਨੂੰ ਪਾਈ ਚੱਲਿਓ ਗਰੋਥ ਦਾ ਤੁਸੀਂ ਫਰਕ ਵੇਖੋ ਕਟੋ-ਕਟ ਗੱਠ ਦਾ ਫਰਕ ਹੋਊਗਾ ਤੇ ਉਮਰ ਦੇ ਵਿੱਚ ਜੇ 2 ਮਹੀਨੇ ਜਿਹਨੂੰ ਤੁਸੀਂ ਦਾਣਾ ਪਾ ਰਹੇ ਆ ਉਹ ਛੋਟੀ ਹੋਈ ਨਾ ਉਹਦੇ ਬਰੋਬਰ ਲੱਗੂਗੀ ਦੋ ਮਹੀਨੇ ਜਿਹੜੀ ਵੱਧ ਇੱਥੇ ਤੱਕ ਮੈਂ ਰੋਸਟਵੇਂ ਹਿੰਦ ਦੀ ਤੇ ਇੱਕ ਸਰਕਾਰੀ ਸੀਮਿੰਟ ਦੀ ਸਾਡੇ ਘਰੇ ਇਕੱਟੀ ਖੜੀ ਆ ਹੈਗੀ ਤਾਂ ਉਹ ਸਾਲ ਦੀ ਆ ਉਹ ਡੈਡੀ ਦੀ ਮੌਤ ਹੋਈ ਕਰਕੇ ਫਿਰ ਹੁਣ ਤੱਕ ਜੀ ਸੇਵਾ ਸੁਭਾ ਹੋਈ ਨਹੀਂ ਤੇ ਉਹਦੇ ਕਰਕੇ ਥੋੜਾ ਚੱਕਰ ਪਿਆ ਨਹੀਂ ਤਾਂ ਐਵੇਂ ਕਹਿ ਦਈਏ ਵੀ ਘੱਟੋ ਘੱਟ 2 ਸਾਲ ਦੀ ਅਸੀਂ ਲਵਾ ਲੱਗ ਚੁੱਕੀਆਂ ਸਾਡੇ ਘਰੇ 2-2 ਸਾਲਾਂ ਦੀਆਂ ਝੋਟੀਆਂ ਜੋ ਇੱਕ ਨੇ 2 ਮਹੀਨਿਆਂ ਦਾ ਕਨਸੀਵ ਕੀਤਾ ਹੋਇਆ ਇੱਕ ਬਾਬੇ ਦੀ ਸੋਖ ਦੇ ਨਾਲ ਕੱਲ ਟੀਕਾ ਤਰਾਇਆ ਹੋਇਆ ਸੀਗਾ ਮਨੁਮੀਰ ਹੈਗੀ ਜੇ ਕਨਸੀਵ ਕਰ ਜੇ ਤਾਂ ਜੇ ਨਾ ਕਨਸੀਵ ਕੀਤਾ ਕੋਈ ਕਹਿ ਨਹੀਂ ਸਕਦੇਗੇ ਤੇ ਫਿਰ ਥੋੜਾ ਮੈਂ ਰੋਕ ਕੇ ਕਨਸੀਵ ਕਰਾਉਂਗਾ ਉਹਨੂੰ ਯਾਨੀ ਕਿ ਦੋਹਾਂ ਸਾਲਾਂ ਦਾ ਸਾਡੇ ਟੀਕਾ ਯਾਨੀ ਕਿ ਤਰਿਆ ਗਿਆ ਕਈ ਇਹੋ ਜਿਹੀ ਮੈਂ ਵੇਖੇ ਨੇ ਬੰਦੇ ਜਿਹੜੇ 1.5 ਸਾਲ ਦੀ ਨੂੰ ਕਨਸੀਵ ਕਰਕੇ 2.5 ਸਾਲਾਂ ਤੋਂ ਬੱਚਾ ਲੈ ਲੈਂਦੇ ਨੇ ਠੀਕ ਹੈ ਨਾ ਵੀ ਉਹ ਗਰੋਥ ਦਾ ਮਟੀਰੀਅਲ ਹੁੰਦਾ ਜਿਹੜਾ ਉਹਦੇ ਉੱਪਰ ਡਿਪੈਂਡ ਕਰਦੀ ਹੁੰਦੀ ਹੈ ਹਰ ਕੋਈ ਵੀ ਚੀਜ਼ ਜੋ ਵੀ ਤੁਸੀਂ ਕਹਿ ਲਓ ਤੇ ਜਿਵੇਂ ਮੰਨ ਲਓ ਵੀ ਤੁਸੀਂ ਹੁਣ ਗਰਮੀਆਂ ਦੇ ਵਿੱਚ ਤਿਆਰ ਕਰਨਾ ਵਕਾਫ ਤੇ ਉਹਦੇ ਵਾਸਤੇ ਸਭ ਤੋਂ ਵਧੀਆ ਤਰੀਕਾ ਹੈਗਾ ਭਾਈ ਜੀ ਲੱਸੀ ਲੱਸੀ ਹਰ ਇੱਕ ਫਾਰਮਰ ਦੇ ਯਾਨੀ ਕਿ ਜ਼ਿਮੀਂਦਾਰ ਭਰਾ ਦੇ ਘਰੇ ਹੁੰਦੀ ਹੁੰਦੀ ਹੈ ਲਗਭਗ ਤੇ 2 ਕਿਲੋ ਲੱਸੀ ਲੈ ਲਓ 1 ਕਿਲੋ ਲੈ ਲਓ ਦੁੱਧ ਜਿਹੜਾ ਝਗਾਉਣਾ ਉਹ ਵੱਖਰੀ ਗੱਲ ਆ 3 ਕਿਲੋ ਤੁਹਾਡਾ ਮਟੀਰੀਅਲ ਆ ਜਿਹੜਾ ਤਿਆਰ ਹੋ ਜੂਗਾ ਕੱਠਾ ਹੀ ਨਾ 3 ਕਿਲੋ ਸ਼ੁਰੂ ਕਰ ਦਿਓ ਪਹਿਲਾਂ ਥੋੜਾ ਥੋੜਾ ਨਾ ਉਹਨੂੰ ਪਿਆ ਕੇ ਵੇਖੋ ਕਿ ਕਿਹੇ ਵਾਰ ਕੀ ਹੁੰਦਾ ਖੱਟੀ ਲੱਸੀ ਬੱਚਾ ਨਹੀਂ ਪੀਂਦਾ ਹੁੰਦਾ ਛੇਤੀ ਤੇ ਹੌਲੀ ਹੌਲੀ ਨਾ ਉਹਨੂੰ ਲੱਸੀ ਤੇ ਯਾਨੀ ਕਿ ਗਿਜਾਉ ਮਹੀਨਾ ਲੱਗ ਜਾਂਦਾ ਹਰ ਇੱਕ ਚੀਜ਼ ਤੇ ਗਿਜਾਉਣ ਨੂੰ ਤੇ ਮਹੀਨਾ ਜਿਹੜੇ ਮਹੀਨਾ ਸਾਨੀ ਨਾ ਲੱਗਦਾ ਹਰ ਇੱਕ ਬੰਦੇ ਨੂੰ ਲੱਗਦਾ ਜਦੋਂ ਯਾਨੀ ਕਿ ਤੁਹਾਡਾ ਬੱਚਾ ਪੀਣ ਲੱਗ ਗਿਆ ਲੱਸੀ ਦੁੱਧ ਇਕੱਠਾ ਲਾ ਕੇ 2 ਕਿਲੋ ਲੱਸੀ ਤੇ 1 ਕਿਲੋ ਦੁੱਧ ਠੀਕ ਹੈ ਜੀ ਰਲਾ ਕੇ ਦੋਨੇ ਟਾਈਮ ਜਾਂ ਇੱਕ ਟਾਈਮ ਲਗਭਗ ਤੁਸੀਂ ਦੁਪਹਿਰੇ ਮੈਂ ਕਹਿੰਦਾ ਬਹੁਤ ਚੰਗਾ ਰਹੂਗਾ ਦੁਪਹਿਰੇ ਜਾਂ ਫਿਰ ਸ਼ਾਮ ਨੂੰ ਸ਼ਾਮ ਨੂੰ ਨਾ ਕਹੋ ਕਿ ਉਦੋਂ ਦੁੱਧ ਪੀਣਾ ਹੁੰਦਾ ਬਾਅਦ ਵਿੱਚ ਬੱਚਾ ਦੁੱਧ ਨਹੀਂ ਪੀਂਦਾ ਦੁਪਹਿਰੇ ਜੇ ਕਰ ਲੋ ਤੇ ਬਹੁਤ ਚੰਗਾ ਰਹੂਗਾ ਤੇ ਉਸ ਤੋਂ ਬਾਅਦ ਚ ਹਰੇ ਪੱਠੇ ਦੇ ਥੋੜਾ ਜਾਨਕੀ ਜ਼ਿਆਦੇ ਰੱਖਿਆ ਰੱਖਿਆ ਜਾਵੇ ਨਾ ਪਸ਼ੂ ਉਹ ਬਹੁਤ ਚੰਗਾ ਰਹਿੰਦਾ ਵਾ ਹਰੇ ਪੱਠੇ ਤੇ ਥੋੜਾ ਬੱਚਾ ਜਾਨਕੀ ਜ਼ਿਆਦੇ ਰੱਖਿਆ ਜਾਵੇ ਬਹੁਤ ਸਹੀ ਰਹਿੰਦਾ ਆਹੋ ਇੱਕ ਹੁਣ ਜੇ ਆਪਾਂ ਕਹਿ ਦੀ ਵੀ ਆਪਾਂ ਪਾਸੋਂ ਬਾਹਰੋਂ ਕੱਟੀ ਲੈ ਕੇ ਆਪਾਂ ਕਾਫ ਤਿਆਰ ਕਰ ਲਾਂਗੇ ਭਾਈ ਉਹ ਕਦੇ ਵੀ ਨਹੀਂ ਹੋ ਸਕਦਾਗਾ ਕਾਫ ਕਦੇ ਵੀ ਤਿਆਰ ਕਰਨਾ ਤੁਹਾਡੇ ਆਪਦੇ ਫਾਰਮ ਦੀ ਬਰੀਡ ਆਪਦੇ ਸੀਮਣ ਤੋਂ ਜੇ ਤੁਸੀਂ ਕਰੋਗੇ ਬਹੁਤ ਚੰਗਾ ਰਹੂਗਾ ਉਹਨਾਂ ਕੀ ਸੋਨੂੰ ਵੀ ਪਤਾ ਲੱਗੂਗਾ ਤੇ ਛੋਟਾ ਮਾਨ ਵੀ ਖੜਿਆ ਰਹਿੰਦਾ ਬਾਹਰ ਜੋ ਕੋਈ ਵੀ ਆਪਾਂ ਕਾਫ ਲੈਨੇ ਛੇਤੀ ਕਿਤੇ ਗਰੋਥ ਨਹੀਂ ਕਰਦਾ ਇਹ ਥੋੜੀਆਂ ਟਿਪਸ ਸੀਗੀਆਂ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਰਿਓ ਤੇ ਸ਼ੇਅਰ ਮੇਰਾ ਵੀਰ ਬਣ ਕੇ ਜਰੂਰ ਕਰਿਓ ਧੰਨਵਾਦ ਜੀ